प्यारे विद्यार्थियों अमृतसर सीनियर सेकेंडरी स्कूल ਦੇ YouTube ਚੈਨਲ ਤੇ ਪੰਜਾਬੀ ਦੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਆਪਣੇ 8ਵੀਂ ਜਮਾਤ ਦੀ ਦੂਜੀ ਭਾਸ਼ਾ ਵਿੱਚੋਂ ਪਾਠ ਨੰਬਰ 10 ਗਿੱਧੜ ਸਿੰਘ ਦੀ ਕਹਾਣੀ ਪੜ੍ਹ ਰਹੇ ਹਾਂ ਜੋ ਕਿ ਕਰਤਾਰ ਸਿੰਘ ਦੁੱਗਲ ਜੀ ਦੁਆਰਾ ਲਿਖੀ ਗਈ ਹੈ ਹੁਣ ਤੱਕ ਅਸੀਂ ਕਹਾਣੀ ਵਿੱਚ ਪੜ ਚੁੱਕੇ ਹਾਂ ਕਿ ਕਵਲਨਨ ਤੇ ਬਾਕੀ ਹੋਰ ਬੱਚੇ ਮਾਸਟਰ ਬੁੱਧ ਸਿੰਘ ਜੀ ਬਾਰੇ ਇਹ ਸੋਚਦੇ ਸਨ ਕਿ ਉਹਨਾਂ ਕੋਲ ਕੋਈ ਗਿੱਧਰ ਸਿੰਘੀ ਹੈ ਗਿੱਧਰ ਸਿੰਘੀ ਬਾਰੇ ਤੁਹਾਨੂੰ ਮਸੀਂ ਪਹਿਲਾਂ ਇਹ ਪਾਗ ਵਿੱਚ ਦੱਸ ਚੁੱਕੇ ਹਾਂ ਕਿਉਂਕਿ ਮਾਸਟਰ ਬੁੱਧ ਸਿੰਘ ਜੀ ਦੀ ਪਿੰਡ ਵਿੱਚ ਬੜੀ ਚਰਿਤ ਸੀ ਉਹ ਬਾਦਸ਼ਾਹ ਵਾਂਗੂ ਰਹਿੰਦੇ ਸਨ ਸਾਰੇ ਹੀ ਪਿੰਡ ਦੇ ਉਹਨਾਂ ਦਾ ਕਿਹਾ ਮੰਨਦੇ ਸਨ ਤੇ ਹਰ ਕੋਈ ਹੀ ਉਹਨਾਂ ਨੂੰ ਸਲਾਮ ਕਰਦਾ ਸੀਗਾ ਤੇ ਪਿੰਡ ਦੇ ਲੋਕੀ ਬੰਦੇ ਉਰਦਿਆ ਕਹਿੰਦੇ ਕਿ ਸਾਡੇ ਮਾਸਟਰ ਜੀ ਕੋਲ ਦਾਦੀ ਜ਼ਬਰਦਸਤੀ ਗਿੱਦੜ ਸਿੰਘੀ ਸੀ ਅੱਜ ਅਸੀਂ ਇਸ ਕਹਾਣੀ ਦਾ ਪੰਨਾ ਨੰਬਰ 41 ਤੇ 42 ਪੜਨ ਜਾ ਰਹੇ ਹਾਂ ਆਓ ਪੰਨਾ ਨੰਬਰ 41 ਤੇ ਅੱਗੇ ਕਹਾਣੀ ਸ਼ੁਰੂ ਕਰਦੇ ਹਾਂ ਕਿ ਕਵਨ ਨੈਨ ਦਾ ਖਿਆਲ ਸੀ ਕਿ ਗਿੱਦੜ ਸਿੰਘੀ ਗਿੱਦੜ ਦੇ ਸਿੰਘਾਂ ਦਾ ਕੋਈ ਟੁਕੜਾ ਹੁੰਦਾ ਹੈ ਤੇ ਉਹ ਸੋਚਦਾ ਸੋਚਦਾ ਬਾਹਰ ਖੇਤਾ ਵਿੱਚ ਨਦੀ ਦੇ ਕੰਢੇ ਦੂਰ ਜਿੱਥੇ ਜੰਗਲ ਸ਼ੁਰੂ ਹੋ ਜਾਂਦਾ ਸੀ ਘੁੰਮਦਾ ਰਹਿੰਦਾ ਤਾਂ ਜੋ ਕੋਈ ਗਿੱਦੜ ਮਰਿਆ ਹੋਇਆ ਉਸ ਨੂੰ ਮਿਲ ਜਾਏ ਪਰ ਉਹਨੂੰ ਇੰਜ ਲੱਗਦਾ ਸੀ ਜਿਵੇਂ ਗਿੱਦੜ ਕਦੇ ਮਰਿਆ ਹੀ ਨਹੀਂ ਕਰਦੇ ਕੁੱਤੇ ਮਰੇ ਹੋਏ ਹੁੰਦੇ گاਵਾ ਮਰੀਆਂ ਹੋਈਆਂ ਹੁੰਦੀਆਂ ਪੰਛੀ ਮਰੇ ਹੁੰਦੇ ਪਰ ਗਿੱਦੜ ਕਦੀ ਮਰਿਆ ਉਸਨੇ ਨਹੀਂ ਸੁਣਿਆ ਸੀ ਪਿਆਰੇ ਵਿਦਿਆਰਥੀਓ ਕਿਵੇਂ ਕਮਨਨ ਗਿੱਦੜ ਸਿੰਘੀ ਲੱਭਣ ਲਈ ਜੰਗਲਾਂ ਵਿੱਚ ਘੁੰਮਦਾ ਰਿਹਾ ਤੇ ਇਹ ਸੋਚਦਾ ਰਿਹਾ ਕਿ ਬਾਕੀ ਪੰਛੀ ਤਾਂ ਮਰੇ ਹੁੰਦੇ ਹਨ ਪਰ ਗਿੱਦੜ ਕਦੀ ਵੀ ਕੋਈ ਮਰਿਆ ਉਸਨੇ ਸੁਣਿਆ ਹੀ ਨਹੀਂ ਸੀ ਆਓ ਕਹਾਣੀ ਦਾ ਅਗਲਾ ਪੈਰਾ ਸ਼ੁਰੂ ਕਰਦੇ ਹਾਂ ਕਮਨਨ ਸੋਚਦਾ ਜੇ ਉਸ ਕੋਲ ਇੱਕ ਵਾਰ ਗਿੱਦੜ ਸਿੰਘੀ ਆ ਜਾਏ ਤੇ ਫਿਰ ਜਮਾਤ ਵਿੱਚ ਉਹ ਸਭ ਤੋਂ ਪਹਿਲੇ ਨੰਬਰ ਤੇ ਰਿਹਾ ਕਰੇਗਾ ਖੇਡਾਂ ਵਿੱਚ ਸਭ ਤੋਂ ਅੱਗੇ ਹੋਵੇਗਾ ਉਜਲੇ ਕੱਪੜੇ ਪਾਇਆ ਕਰੇਗਾ ਉਜਰੇ ਸਾਫ ਸੁਥਰੇ ਵੱਡੇ ਹੋ ਕੇ ਮਾਸਟਰ ਬੁੱਧ ਸਿੰਘ ਦੀ ਤਰ੍ਹਾਂ ਸਕੂਲ ਵਿੱਚ ਪੜ੍ਹਾਏਗਾ ਟਾਂਗੇ ਵਿੱਚ ਚੜਿਆ ਕਰੇਗਾ ਐਨਕ ਲਾਇਵੇਗਾ ਲਿਸ਼ਰਿਸ਼ ਕਰਦੇ ਉਹਦੇ ਚੀਕਨੇ ਬੂਟ ਹੋਣਗੇ ਜਿੰਨਾ ਦੀ ਆਵਾਜ਼ ਸੁਣ ਕੇ ਮੁੰਡੇ ਕੰਬ ਉੱਠਣਗੇ प्यारे विद्यार्थियों कि केवे ਕਮਨਨ ਇਹ ਸੋਚਣ ਲੱਗ ਪਿਆ ਕਿ ਜੇਕਰ ਉਸ ਕੋਲ ਗਿੱਦੜ ਸਿੰਘੀ ਆ ਜਾਵੇਗੀ ਤਾਂ ਉਹ ਆਪਣੀ ਜਮਾਤ ਵਿੱਚੋਂ ਪਹਿਲੇ ਨੰਬਰ ਤੇ ਰਿਹਾ ਕਰੇਗਾ ਤੇ ਉਹ ਵੀ ਮਾਸਟਰ ਬੁੱਧ ਸਿੰਘ ਜੀ ਵਾਂਗ ਬਣ ਜਾਵੇਗਾ ਆਓ ਅੱਗੇ ਪੈਰਾ ਸ਼ੁਰੂ ਕਰਦੇ ਹਾਂ ਤਿਉਹਾਰ ਦਮ ਕਿਸੇ ਗਿੱਦੜ ਦੀ ਟੁੰਡ ਵਿੱਚ ਲੱਗਾ ਰਹਿੰਦਾ ਆਪਣੀ ਕਿਤਾਬ ਵਿੱਚ ਛਪੀ ਗਿੱਦੜ ਦੀ ਤਸਵੀਰ ਉਸ ਨੇ ਆਪਣੇ ਦਿਮਾਗ ਵਿੱਚ ਚੰਗੀ ਤਰ੍ਹਾਂ ਵਸਾ ਲਈ ਸੀ ਤੇ ਕਵਲਨੈਨ ਮੁਰਮੁਰ ਸੋਚਦਾ ਕਾਸ਼ ਜੇ ਗਿੱਦੜ ਸਿੰਘ ਹੀ ਕਦੇ ਉਸ ਦੇ ਹੱਥ ਆ ਜਾਵੇ ਕਵਲਨੈਨ ਨੂੰ ਪਤਾ ਲੱਗਾ ਕਿ ਚੌਧੀਆਂ ਦੇ ਘਰ ਇੱਕ ਕੁੱਤੀ ਸੁੱਈ ਹੋਈ ਹੈ ਜਿਸ ਨੇ ਸ਼ਿਕਾਰੀ ਨਸਲ ਦੇ ਬੱਚੇ ਦਿੱਤੇ ਹਨ ਜਦੋਂ ਤਿੱਕ ਉਹਨਾਂ ਤੋਂ ਇੱਕ ਬੱਚਾ ਲੈ ਨਾ ਲਿਆ ਉਸ ਨੇ ਉਹਨਾਂ ਦੀ ਮੁਹਾਟ ਦੀ ਮਿੱਟੀ ਪੋਟ ਖਾਦੀ। ਉਹ ਹਰ ਰੋਜ਼ ਦੁੱਧ ਪਿਆ ਪਿਆ ਕੇ ਬੱਚੇ ਨੂੰ ਪਾਲਦਾ ਤੇ ਡਾਡਾ ਕਹਲਾ ਪੈਂਦਾ ਕਿ ਛੇਤੀ ਛੇਤੀ ਵੱਡਾ ਕਿਉਂ ਨਹੀਂ ਹੁੰਦਾ ਸੀ। ਦਿਨ ਵਿੱਚ ਕਈ ਵਾਰ ਉਹਨੂੰ ਦੁੱਧ ਪਿਉਂਦਾ ਤਾਂ ਜੋ ਛੇਤੀ ਛੇਤੀ ਮੋਟਾ ਹੋ ਜਾਵੇ। ਅਖੀਰ ਖੁਆ ਖੁਆ ਕੇ ਉਹਦਾ ਪੇਟ ਉਹਨੇ ਖਰਾਬ ਕਰ ਦਿੱਤਾ। 5-7 ਰੋਜ਼ ਬਿਮਾਰ ਰਹਿ ਕੇ ਕੁੱਤਾ ਮਰ ਗਿਆ। ਕਵਨਨੈਂਸ ਸੋਚਦਾ ਉਹਦੇ ਹੱਥ ਕਦੀ ਗਿੱਦੜ ਸਿੰਘੀ ਨਹੀਂ ਆਏਗੀ ਜਦੋਂ ਕਦੇ ਵੀ ਮਾਸਟਰ ਬੁੱਧ ਸਿੰਘ ਨੂੰ ਉਹ ਵੇਖਦਾ ਉਹਦੇ ਵੱਲ ਨਲਚਾਈਆਂ ਹੋਈਆਂ ਨਜ਼ਰਾਂ ਨਾਲ ਵਹਿੰਦਾ ਰਹਿੰਦਾ ਉਹ ਸੋਚਦਾ ਮਾਸਟਰ ਜੀ ਦੇ ਘਰ ਤਾਂ ਕੋਈ ਬੱਚਾ ਨਹੀਂ ਸੀ ਮਾਸਟਰ ਬੁੱਢਾ ਹੋ ਗਿਆ ਸੀ ਹੁਣ ਉਸ ਨੂੰ ਗਿੱਦੜ ਸਿੰਘੀ ਦੀ ਕੀ ਲੋੜ ਸੀ ਜੇ ਕਿਤੇ ਉਹ ਗਿੱਦੜ ਸਿੰਘੀ ਇਹਨੂੰ ਦੇ ਦੇ ਕਾਸ਼ ਪਿਆਰੇ ਵਿਦਿਆਰਥੀਓ ਕਮਨ ਲੈਨ ਦੇ ਮਾਨ ਵਿੱਚ ਗਿੱਦੜ ਸਿੰਘੀ ਲੈਣ ਵਾਸਤੇ ਇੰਨੀ ਇੱਛਾ ਸੀ ਕਿ ਉਹ ਸੋਚਦਾ ਕਿ ਮਾਸਟਰ ਬੁੱਧ ਸਿੰਘ ਤਾਂ ਹੁਣ ਬਜ਼ੁਰਗ ਹੋ ਚੁੱਕਾ ਹੈ ਤੇ ਉਸਨੇ ਗਿੱਦੜ ਸਿੰਘੀ ਕਰਨੇ ਵੀ ਕੀ ਹੈ ਤੇ ਉਸ ਤੇ ਕੋਈ ਔਲਾਦ ਉਸ ਦੇ ਕੋਈ ਬੱਚਾ ਵੀ ਨਹੀਂ ਹੈ ਕਾਸ਼ ਮਾਸਟਰ ਬੁੱਧ ਸਿੰਘ ਉਹ ਗਿੱਦੜ ਸਿੰਘੀ ਉਸ ਨੂੰ ਦੇ ਦੇਵੇ ਆਓ ਅਗਲਾ ਪੈਰਾ ਸ਼ੁਰੂ ਕਰਦੇ ਹਾਂ ਇੱਕ ਰਾਤ ਸੁੱਤੇ ਸੁੱਤੇ ਉਹ ਛੱਤ ਤੋਂ ਹੀ ਠੱਡਿਆ ਪਿਆ ਕਿਸਮਤ ਨਾਲੋਂ ਨਾਹਿਤ ਟੂੜੀ ਪਈ ਸੀ ਜਰਕ ਕੋਈ ਜ਼ਿਆਦਾ ਤੇ ਉਹਨੂੰ ਨਾ ਆਏ ਪਰ ਉਹ ਬੇਹੋਸ਼ ਹੋ ਗਿਆ ਜਦੋਂ ਉਹਨੂੰ ਹੋਸ਼ ਆਈ ਆਪਣੀ ਤਾਈ ਨੂੰ ਉਸ ਦੱਸਿਆ ਉਹ ਤੇ ਗਿੱਦੜ ਦਾ ਸ਼ਿਕਾਰ ਖੇਡ ਰਿਆ ਸੀ ਕਿ ਇੱਕ ਖੱਡ ਵਿੱਚ ਉਹਦਾ ਪੈਰ ਫਸ ਗਿਆ ਉਹਦੀ ਤਾਈ ਨੇ ਉਸ ਨੂੰ ਬਹੁਤ ਪਿਆਰ ਕੀਤਾ ਤੇ ਹੱਸਦੇ ਹੱਸਦੇ ਪੁੱਛਿਆ ਕਿ ਉਸ ਦਾ ਸ਼ੇਰ ਪੁੱਤਰ ਗਿੱਦੜ ਦਾ ਸ਼ਿਕਾਰ ਕਹਨੂ ਕਾਰਨ ਟੁਰ ਪਿਆ ਸੀ ਕਵਰ ਨੈਨ ਨੇ ਸਾਰੀ ਦੀ ਸਾਰੀ ਗੱਲ ਤਾਈ ਸੁద్ధి ਨੂੰ ਦੱਸ ਦਿੱਤੀ। ਤਾਈ ਸੁద్ధి ਜਿਸ ਦੀ ਬਾਬਤ ਮਸ਼ਹੂਰ ਸੀ ਉਸ ਕੋਲ ਬੜੇ ਬੜੇ ਜਾਦੂ ਟੂਨੇ ਹੁੰਦੇ ਸਨ। ਕਿ ਕਵਰ ਨੈਨ ਨੇ ਕਿਵੇਂ ਗਿੱਦਰ ਸਿੰਘ ਕੀ ਬਾਰੇ ਸਾਰੀ ਗੱਲ ਆਪਣੀ ਤਾਈ ਸੁద్ధి ਨੂੰ ਦੱਸੀ। ਤਾਈ ਸੁద్ధి ਕਵਰ ਨੈਨ ਦੀ ਗੱਲ ਸੁਣ ਰਹੀ। ਸੁਣਦੀ ਰਹੀ ਤੇ ਫਿਰ ਰੱਜ ਕੇ ਹਸੀ। ਓਏ ਭੋਲੇ ਕੁੱਕੜ। ਉਸਨੇ ਕਮਲ ਨੈਨ ਨੂੰ ਦੱਸਿਆ ਕਿ ਗਿੱਦੜ ਸਿੰਘ ਦੀ ਕੋਈ ਗਿੱਦੜ ਦੇ ਸਿੰਘ ਤੋਂ ਥੋੜੀ ਬੰਦੀ ਹੈ ਇਹ ਤੇ ਨਿੱਕੀ ਜੀ ਵਾਲਾਂ ਵਾਲੀ ਇੱਕ ਚੀਜ਼ ਹੁੰਦੀ ਹੈ ਜਿਸ ਨੂੰ ਡੱਬੀ ਵਿੱਚ ਪਾ ਕੇ ਰੱਖਿਆ ਜਾਂਦਾ ਹੈ ਤੇ ਉਸ ਸੰਧੂਰ ਦੀ ਖੁਰਾਕ ਤੇ ਪਲਦੀ ਹੈ ਫਿਰ ਤਾਈ ਸੁద్ధి ਨੇ ਕਮਲ ਨੈਨ ਨੂੰ ਦੱਸਿਆ ਕਿ ਗਿੱਦੜ ਸਿੰਘ ਦੀ ਸਿਰਫ ਮਾਸਟਰ ਬੁੱਧ ਸਿੰਘ ਕੋਲ ਹੀ ਸੀ ਸਾਰੇ ਦੇ ਸਾਰੇ ਪਿੰਡ ਵਿੱਚ ਹੋਰ ਤੇ ਕੋਈ ਕਿਸੇ ਕੋਲ ਕਦੀ ਨਹੀਂ ਉਸਨੇ ਸੁਣੀ प्यारे विद्यार्थियों कि केमे ताई सुद्दी ਨੇ ਕਵਰਨੈਨ ਨੂੰ ਗਿੱੱਦਰ ਸਿੰਘੀ ਬਾਰੇ ਦੱਸਿਆ ਕਿ ਗਿੱੱਦਰ ਸਿੰਘੀ ਕੋਈ ਗਿੱੱਦਰ ਦੇ ਸਿੰਗਾ ਦੀ ਕੋਈ ਚੀਜ਼ ਨਹੀਂ ਹੁੰਦੀ ਇਹ ਇੱਕ ਨਿੱਕੀ ਜਹੀ ਵਾਲਾਂ ਵਾਲੀ ਚੀਜ਼ ਹੁੰਦੀ ਹੈ ਜਿਸ ਨੂੰ ਸੰਧੂਰ ਦੀ ਦੱਬੀ ਵਿੱਚ ਪਾ ਕੇ ਰੱਖਿਆ ਜਾਂਦਾ ਹੈ ਤੇ ਸੰਧੂਰ ਤੇ ਖਰਾਕ ਤਹੀ ਪਲਦੀ ਹੈ ਆਓ ਕਹਾਣੀ ਅੱਗੇ ਸ਼ੁਰੂ ਕਰਦੇ ਹਾਂ ਹੁਣ ਇਸ ਦਿਨ ਤੋਂ ਕਮਲ ਨੈਨ ਬਿਸਤਰੇ ਤੋਂ ਉੱਠਿਆ ਦੇੰਦਾਂ ਬਹੁਤਾ ਸਮਾਂ ਮਾਸਟਰ 부ਧ ਸਿੰਘ ਦੇ ਘਰ ਰਹਿੰਦਾ। ਨਿੱਕੇ ਨਿੱਕੇ ਉਹਦੇ ਕੰਮ ਕਰਦਾ ਰਹਿੰਦਾ। ਮਾਸਟਰ 부ਧ ਸਿੰਘ ਦੇ ਘਰ ਰਹਿ ਕੇ ਕਮਨੈਨ ਨੇ ਵੇਖਿਆ ਮਾਸਟਰ ਹਰ ਵੇਲੇ ਕੁਝ ਨਾ ਕੁਝ ਕਰਦਾ ਰਹਿੰਦਾ ਸੀ। ਸਵੇਰੇ ਸਰਗੀ ਵੇਲੇ ਸਰਗੀ ਵੇਲੇ ਸਵਕਤੀ ਵੇਲੇ ਉੱਠਦਾ ਬਾਹਰ ਸੈਰ ਨੂੰ ਜਾਂਦਾ। ਦੂਰ ਖੇਤਾਂ ਵਿੱਚ ਕੋਈ ਅੱਧਾ ਕੋਈ ਘੰਟਾ ਕਸਰਤ ਕਰਦਾ। ਅਜੇ ਹਨੇਰਾ ਹੀ ਹੁੰਦਾ। ਤੇ ਵਾਪਸ ਆ ਕੇ ਨਾ ਲੈਂਦਾ ਫਿਰ ਕੁਛ ਚਿਰ ਲਈ ਪਾਠ ਪੂਜਾ ਕਰਦਾ ਰੱਬ ਦਾ ਨਾਮ ਲੈਂਦਾ ਇਤਨੇ ਵਿੱਚ ਦਿਨ ਚੜ ਜਾਂਦਾ ਤੇ ਉਸ ਸਕੂਲ ਦੀਆਂ ਕਾਪੀਆਂ ਵੇਖਣੀਆਂ ਸ਼ੁਰੂ ਕਰ ਦਿੰਦਾ ਸ਼ਾਮੀ ਜਿਹੜਾ ਵਕਤ ਉਹਦੇ ਕੋਲ ਬਚਦਾ ਉਸ ਵਿੱਚ ਰਜਿਸਟਰਾਂ ਦੇ ਵੇਖਦਾ ਕਮੇਟੀ ਦੇ ਲੋਕਾਂ ਨੂੰ ਮਿਲਦਾ ਚੰਦਾ ਇਕੱਠਾ ਕਰਨ ਜਾਂਦਾ ਰਾਤ ਦੇ ਤੱਕ ਕਿਸੇ ਨਾ ਕਿਸੇ ਆਰ ਜੁਟਿਆ ਰਹਿੰਦਾ ਪਿਆਰੇ ਵਿਦਿਆਰਥੀਓ ਕੀ ਕਿਵੇਂ ਕਵਨ ਨੈਨੇ ਜਾਦੂ ਮਾਸਟਰ ਬੁੱਧ ਸਿੰਘ ਜੀ ਕੋਲ ਰਹਿਣ ਲੱਗ ਪਿਆ ਤਾਂ ਉਸ ਨੇ ਮਾਸਟਰ ਬੁੱਧ ਸਿੰਘ ਦੀ ਜੋ ਵੀ ਸਵੇਰ ਤੋਂ ਲੈ ਕੇ ਰਾਤ ਤੱਕ ਦਾ ਰੁਟੀਨ ਸੀ ਉਹ ਸਾਰੀ ਹੀ ਉਸ ਨੇ ਵੇਖੀ ਕਿ ਮਾਸਟਰ ਬੁੱਧ ਸਿੰਘ ਬਿਲਕੁਲ ਵੀ ਸਾਰੇ ਦਿਨ ਵਿੱਚ ਵੇਲਾ ਨਾ ਰਹਿੰਦਾ ਆਓ ਕਹਾਣੀ ਅੱਗੇ ਸ਼ੁਰੂ ਕਰਦੇ ਹਾਂ ਕਵਨ ਨੈਨੇ ਇਹ ਵੀ ਵੇਖਿਆ ਕਿ ਮਾਸਟਰ ਬੁੱਧ ਸਿੰਘ ਦੀ ਤ੍ਰਿਮਤ ਪਤਨੀ ਉਹਦੇ ਕੱਪੜੇ ਆਪ ਘਰ ਤੋਂ ਧੋਂਦੀ ਤੇ ਮਾਸਟਰ ਉਹਨਾਂ ਤੇ ਇਸਤਰੀ ਕਰਦਾ ਸੀ ਇਸਤਰੀ ਕਰਦਾ ਪ੍ਰੈਸ ਕਰਦਾ ਸੀ ਨਾ ਕਦੀ ਧੋਬੀ ਕੋਲ ਉਹਨਾਂ ਦੇ ਘਰ ਵਰਦਾ ਨਾ ਇਹਨਾਂ ਕੱਪੜਿਆਂ ਕਦੀ ਕਿਸੇ ਨੂੰ ਭੇਜੇ ਸਕੂਲ ਜਾਣ ਤੋਂ ਪਹਿਲੇ ਨਿਤਰ ਆਪਤੀ ਮਾਸਟਰ ਆਪਣੇ ਹੱਥੀ ਆਪਣੀ ਸਾਈਕਲ ਨੂੰ ਸਾਫ਼ ਕਰਦਾ ਘਰ ਵਿੱਚ ਜਾਂ ਬਾਹਰ ਉਹ ਕਦੇ ਝੂਠ ਨਾ ਬੋਲਦਾ ਹਮੇਸ਼ਾ ਸੱਚ ਤੇ ਸੱਚੇ ਆਦਮੀ ਦਾ ਸਾਥ ਦਿੰਦਾ ਤੇ ਆਪਣੀ ਗਰਦਨ ਉੱਚੀ ਰੱਖਦਾ ਗਰੀਬ ਗੁਰਬੇ ਤੇ ਆਏ ਗਏ ਦੀ ਆਪਣੇ ਵਿਤ ਮੁਤਾਬਿਕ ਮਦਦ ਕਰਦਾ ਸਭ ਨੂੰ ਮਿੱਠਾ ਬੋਲਦਾ ਤੇ ਆਪਣੇ ਵਰਗਾ ਸਮਝਦਾ ਪਿਆਰੀ ਵਿਦਿਆਰਥੀਓ ਜਦ ਕਮਲ ਨੈਣ ਨੇ ਮਾਸਟਰ ਬੁੱਧ ਸਿੰਘ ਨੂੰ ਆਪਣਾ ਸਾਰਾ ਕੰਮ ਆਪ ਕਰਦੇ ਵੇਖਿਆ ਤਾਂ ਉਹ ਬਹੁਤ ਹੈਰਾਨ ਹੋਇਆ ਕਿ ਕਿਵੇਂ ਉਹ ਸੱਚਾ ਤੇ ਸੁੱਚਾ ਤੇ ਇਮਾਨਦਾਰ ਆਦਮੀ ਸੀ ਤੇ ਹਰ ਇੱਕ ਦੀ ਮਦਦ ਕਰਨ ਵਾਲਾ ਸੀ ਆਓ ਅਗਲੇ ਪੈਰੇ ਵਿੱਚ ਕਹਾਣੀ ਸ਼ੁਰੂ ਕਰਦੇ ਹਾਂ ਮਾਸਟਰ ਬੁੱਧ ਸਿੰਘ ਦੀ ਸੰਗਤ ਵਿੱਚ ਕਮਨ ਨੈਣ ਨੇ ਵੀ ਸਵੇਰੇ ਉੱਠਣਾ ਸਿੱਖ ਲਿਆ ਵਰਜਿਸ਼ ਕਰਨੀ ਸ਼ੁਰੂ ਕਰ ਦਿੱਤੀ ਸਵੇਰੇ ਉੱਠਣ ਕਰਕੇ ਉਸ ਕੋਲ ਇਤਨਾ ਸਮਾਂ ਬਚ ਜਾਂਦਾ ਕਿ ਜਿਤਨੀਆਂ ਕਿਤਾਬਾਂ ਮਾਸਟਰ ਜੀ ਉਹਨੂੰ ਦਿੰਦੇ ਪੜ ਲੈਂਦਾ ਇੰਝ ਉਸ ਸਾਲ ਜਦੋਂ ਇਮਤਿਹਾਨ ਹੋਏ ਕਮਲਨੰਦ ਜਮਾਤ ਵਿੱਚ ਸਭ ਤੋਂ ਜ਼ਿਆਦਾ ਨੰਬਰ ਲੈ ਗਿਆ। ਮਾਸਟਰ ਜੀ ਵਾਂਗੂ ਆਪਣੇ ਬੂਟਾਂ ਨੂੰ ਆਪ ਪਾਲਿਸ਼ ਕਰਦਾ। ਆਪਣੀ ਮਾਂ ਦੇ ਧੋਤੇ ਹੋਏ ਕੱਪੜਿਆਂ ਨੂੰ ਇਸਤਰੀ ਕਰਦਾ ਤੇ ਹਾਰ ਵੇਲੇ ਉਜਲਾ ਰਹਿੰਦਾ। ਪਿਆਰੇ ਵਿਦਿਆਰਥੀਓ ਇਹ ਗੱਲ ਬਿਲਕੁਲ ਸੱਚ ਹੈ ਕਿ ਤੁਸੀਂ ਜਿਵੇਂ ਦੀ ਸੰਗਤ ਵਿੱਚ ਰਹਿੰਦੇ ਹੋ ਤੁਹਾਨੂੰ ਵੀ ਉਹੋ ਜਿਹੀ ਆਦਤ ਬਣ ਜਾਂਦੀ ਹੈ। ਇਸ ਤਰ੍ਹਾਂ ਹੀ ਕੁਝ ਕਵਰ ਨੈਨਣਾ ਵੀ ਹੋਇਆ ਉਹ ਮਾਸਟਰ ਬੁੱਧ ਸਿੰਘ ਦੀ ਸੰਗਤ ਵਿੱਚ ਆ ਕੇ ਉਸਨੇ ਵੀ ਆਪਣਾ ਜੀਵਨ ਬਿਲਕੁਲ ਨਿਜਮਬੰਦ ਕਰ ਲਿਆ ਤੇ ਉਹ ਵੀ ਮਾਸਟਰ ਬੁੱਧ ਸਿੰਘ ਜੀ ਵਾਂਗ ਹੀ ਸਵੇਰੇ ਸਵਕਤੇ ਉੱਠ ਲੈਂਦਾ ਤੇ ਸਾਰਾ ਕੰਮ ਆਪਣੇ ਸਮੇਂ ਅਨੁਸਾਰ ਕਰ ਲੈਂਦਾ ਤੇ ਕਾਫੀ ਸਮਾਂ ਬਚਾ ਲੈਂਦਾ ਤੇ ਕਾਫੀ ਹੱਦ ਤੱਕ ਉਹ ਆਪਣਾ ਕੰਮ ਆਪ ਕਰਨਾ ਹੀ ਸਿੱਖ ਗਿਆ प्यारे विद्यार्थियों आज ਅਸੀਂ ਕਹਾਣੀ ਦਾ 41 ਤੇ 42 ਨੰਬਰ ਪੰਨਾ ਪੜਿਆ ਹੈ ਅਖੀਰਲੇ ਪਾਗ ਵਿੱਚ ਅਸੀਂ ਕਹਾਣੀ ਵਿੱਚ ਪੜਾਂਗੇ ਕਿ ਕਿਵੇਂ ਮਾਸਟਰ ਬੁੱਧ ਸਿੰਘ ਦੀ ਸੰਗਤ ਵਿੱਚ ਆ ਕੇ ਹਰ ਇੱਕ ਸਕੂਲ ਦਾ ਬੱਚਾ ਕਮਨਨੈਨ ਦੀ ਸੰਗਤ ਵਿੱਚ ਰਹਿਣਾ ਚਾਹੁੰਦਾ ਤੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਅਗਰ ਉਹ ਕਮਨਨੈਨ ਦੀ ਦੋਸਤੀ ਕਰਨਗੇ ਤੇ ਉਹ ਵੀ ਉਸ ਵਰਗੇ ਬਣ ਜਾਣਗੇ ਆਓ ਹੁਣ ਇਸ ਨਾਲ ਸੰਬੰਧਿਤ ਤੁਹਾਨੂੰ ਕੁਝ ਪ੍ਰਸ਼ਨ ਦੱਸਦੇ ਹੇ ਜਿਨ੍ਹਾਂ ਨੂੰ ਤੁਸੀਂ ਆਪਣੀ ਕਾਪੀ ਤੇ ਲਿਖਣਾ ਹੈ ਪ੍ਰਸ਼ਨ ਨੰਬਰ 1 ਕਮਨਨ ਕੀ ਸੋਚਦਾ ਹੈ ਪ੍ਰਸ਼ਨ ਨੰਬਰ 2 ਕਮਨਨ ਨੇ ਕਿਹੜਾ ਜਾਨਵਰ ਕਦੇ ਮਰਿਆ ਨਹੀਂ ਸੀ ਸੁਣਿਆ ਪ੍ਰਸ਼ਨ ਨੰਬਰ 3 ਕਮਨਨ ਗਿੱਧਰ ਸਿੰਘੀ ਨੂੰ ਕਿੱਥੇ ਲੱਭਦਾ ਸੀ ਪ੍ਰਸ਼ਨ ਨੰਬਰ 4 ਕਮਨਨ ਗਿੱਧਰ ਸਿੰਘੀ ਬਾਰੇ ਕੀ ਸੋਚਦਾ ਸੀ ਪ੍ਰਸ਼ਨ ਨੰਬਰ 5 ਤਾਈ ਸੁద్ధి ਬਾਰੇ ਕਿਹੜੀ ਗੱਲ ਮਸ਼ਹੂਰ ਸੀ ਉਸ ਤੋਂ ਬਾਅਦ ਖਾਲੀ ਥਾਂਵਾਂ ਭਰੋ ਲੋਕ ਸੋਚਦੇ ਮਾਸਟਰ ਜੀ ਕੋਲ ਡੈਸ਼ ਹੈ ਸਹੀ ਸ਼ਬਦ ਚੁਣ ਕੇ ਖਾਲੀ ਥਾਂ ਵਿੱਚ ਭਰਨੇ ਹੈ ਉਸ ਤੋਂ ਬਾਅਦ ਮਾਸਟਰ ਜੀ ਕੋਲ ਇੱਕ ਡੈਸ਼ ਕਰਦੀ ਸਾਈਕਲ ਸੀ ਸਹੀ ਸ਼ਬਦ ਚੁਣ ਕੇ ਖਾਲੀ ਥਾਂ ਵਿੱਚ ਭਰੋ ਉਸ ਤੋਂ ਬਾਅਦ ਅਖੀਰ ਵਿੱਚ ਵਾਕ ਬਣਾਓ ਸੁਗਾਤ ਫੈਸਲਾ ਧੰਨਵਾਦ ਤੰਦਰੁਸਤ ਰਹੋ ਸੁਰੱਖਿਅਤ ਰਹੋ